ਮੋਗਾ ਫਿਰੋਜ਼ਪੁਰ ਰੋਡ 'ਤੇ ਹੋਏ ਦਰਦਨਾਕ ਹਾਦਸੇ ਵਿੱਚ ਪਤੀ ਪਤਨੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਇੱਕ 4 ਸਾਲਾ ਬੱਚੀ ਗੰਭੀਰ ਜ਼ਖਮੀ ਹੋ ਗਈ। ਜ਼ਿਕਰਯੋਗ ਹੈ ਕਿ ਮੋਗਾ ਦੇ ਪਿੰਡ ਖੋਸਾ ਕੋਟਲਾ ਦੇ ਰਹਿਣ ਵਾਲੇ ਪਤੀ ਪਤਨੀ ਆਪਣੇ 3 ਬੱਚਿਆਂ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰੀਦਕੋਟ ਵਿਖੇ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸਨ ਕਿ ਮੋਗਾ ਫਿਰੋਜ਼ਪੁਰ ਰੋਡ 'ਤੇ ਰੇਤ ਨਾਲ ਭਰੀ ਟਰੈਕਟਰ ਟਰਾਲੀ ਦੀ ਚਪੇਟ ਵਿੱਚ ਆਉਣ ਨਾਲ ਪਤੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇੱਕ 4 ਸਾਲਾ ਬੱਚੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਫਰੀਦਕੋਟ ਰੈਫਰ ਕੀਤਾ ਗਿਆ। ਸਿੰਦਰ ਸਿੰਘ ਜੀ, ਜਿਹੜੀ ਅੱਜ ਐਕਸੀਡੈਂਟ ਹੋਇਆ, ਤੁਹਾਡੇ ਕੀ ਲੱਗਦੇ? ਹਾਂਜੀ, ਮੇਰਾ ਚਾਚੇ ਦਾ ਮੁੰਡਾ ਸੀ। ਕਿੱਦਾਂ ਹੋਇਆ ਐਕਸੀਡੈਂਟ? ਇਹ ਇੱਥੋਂ ਖੋਸਾ ਰਣਜੀਤ ਦੀਪ ਸਿੰਘ ਵਾਲੇ ਜਾਂਦੇ ਸੀ ਵਿਆਹ 'ਤੇ, ਅਤੇ ਉੱਧਰੋਂ ਟਰਾਲਾ ਆਉਂਦਾ ਸੀ ਵੱਡਾ ਰੇਤਾ ਵਾਲਾ, ਅਤੇ ਮੋਟਰਸਾਈਕਲ ਥੱਲੇ ਵੜ ਗਏ, ਦੋਵੇਂ ਸਿਰ 'ਚ ਸੱਟਾਂ ਵੱਜੀਆਂ ਅਤੇ ਸਿਰ ਫੁੱਟੇ ਗਏ। 3 ਜਵਾਕ ਸੀ ਨਾਲ, ਇੱਕ ਬੱਚੀ ਦੇ ਸਿਰ 'ਤੇ ਜ਼ਿਆਦਾ ਬੁਰੀ ਸੱਟ ਹੈ, ਬਾਕੀ ਜਵਾਕ ਦੋਵੇਂ ਠੀਕ। ਕਾਹਦੇ 'ਤੇ ਸੀ ਇਹ? ਇਹ ਮੋਟਰਸਾਈਕਲ 'ਤੇ ਸੀਗੇ ਜੀ, ਮੋਟਰਸਾਈਕਲ ਟਰਾਲੇ ਹੇਠਾਂ ਮੁੜ ਗਿਆ। ਕਿੰਨੀ ਗਲਤੀ ਸਮਝਦੇ? ਹਾਂਜੀ, ਕਿੰਨੀ ਗਲਤੀ ਸਮਝ ਲਓ? ਗਲਤੀ ਹੁਣ ਟਰਾਲੇ ਵਾਲੀ ਵੀ ਇਹੀ, ਉਹਨੇ ਬ੍ਰੇਕ ਹੀ ਨਹੀਂ ਮਾਰੀ ਉੱਥੇ।